ਆਪਾਂ ਰਿਵੀਜ਼ਨ ਸਟਾਰਟ ਕਰਨ ਲੱਗੇ ਹਾਂ ਕਾਵ ਰਚਨਾਵਾਂ। ਯੈਸ ਬੇਟੇ, ਫਸਟ ਕੁਐਸਚਨ ਹੈ ਤੁਹਾਡੇ ਲਈ, ਕਾਵ ਰਚਨਾਵਾਂ ਕਿਹੜੀ ਪੁਸਤਕ ਵਿੱਚ ਹਨ? ਹਾਂਜੀ ਸਿਮਰ, ਸਾਹਿਤ ਮਾਲ। ਸਾਹਿਤਮਾਲਾ ਪੁਸਤਕ ਵਿੱਚ, ਸਾਹਿਤਮਾਲਾ ਪੁਸਤਕ ਵਿੱਚ ਦਰਜ ਕਾਵ ਰਚਨਾਵਾਂ ਦੇ ਨਾਮ ਬੋਲੋ। ਦੋ ਕਾਵ ਰਚਨਾਵਾਂ ਨੇ, ਦੋ ਵਾਰਤਕ ਲੇਖ ਨੇ। ਸੋ ਕਿਉਂ ਮੰਦਾ ਆਖੀਏ, ਕਿਰਪਾ ਕਰਕੇ ਸੋ ਕਿਉਂ ਮੰਦਾ ਆਖੀਏ, ਕਿਰਪਾ ਕਰਕੇ ਬਖਸ਼ ਲਿਓ। ਦੋ ਕਾਵ ਰਚਨਾਵਾਂ। ਸੋ ਕਿਉਂ ਮੰਦਾ ਆਖੀਏ ਕਿਸਦੀ ਰਚਨਾ ਹੈ? ਗੁਰੂ ਨਾਨਕ ਦੇਵ ਜੀ। ਹੁਣ ਆਪਾਂ ਗੁਰੂ ਨਾਨਕ ਦੇਵ ਜੀ ਨਾਲ ਰਿਲੇਟਡ 5-7 ਕੁਐਸਚਨਸ ਕਰਨੇ ਹਨ, ਉਹਨਾਂ ਦੇ ਆਨਸਰ ਤੁਸੀਂ ਦੇਣੇ ਨੇ। ਗੁਰੂ ਨਾਨਕ ਦੇਵ ਜੀ ਕਿਸ ਕਾਵ ਦੇ ਮੋਢੀ ਹੋਏ ਹਨ? ਹਾਂਜੀ, ਗੁਰਮਤ ਕਾਵ, ਨੋਟ ਕਰ ਲਓ। ਗੁਰਮਤ ਕਾਵ ਦੇ ਮੋਢੀ ਗੁਰੂ ਨਾਨਕ ਦੇਵ ਜੀ, ਵੈਰੀ ਗੁੱਡ ਆਨਸਰ। ਨੈਕਸਟ, ਗੁਰੂ ਨਾਨਕ ਦੇਵ ਜੀ ਦੀਆਂ ਪ੍ਰਸਿੱਧ ਬਾਣੀਆਂ ਦੇ ਨਾਮ, ਆਸਾ ਦੀ ਵਾਰ, ਜਪਜੀ ਸਾਹਿਬ, ਬਾਰਾਂਮਾਂ। ਠੀਕ ਹੈ, ਜਪਜੀ ਸਾਹਿਬ ਤੇ ਬਾਰਾਂਮਾਂ, ਇਹ ਆਲਰੇਡੀ ਤੁਹਾਨੂੰ ਪੇਪਰ ਚ ਕੁਐਸਚਨ ਆਇਆ ਸੀ। ਹੁਣ ਅਗਲਾ ਕੁਐਸਚਨ ਹੈ ਤੁਹਾਡੇ ਲਈ, ਆਸਾ ਦੀ ਵਾਰ ਵਿੱਚੋਂ ਕਿਹੜੀ ਰਚਨਾ ਤੁਸੀਂ ਪੜ੍ਹੀ ਹੈ? ਯੈਸ, ਸੋ ਕਿਉਂ ਮੰਦਾ ਆਖੀਏ, ਠੀਕ ਹੈ, ਕਿਹੜੀ ਬਾਣੀ ਵਿੱਚੋਂ ਹੈ ਜੇ ਕੁਐਸਚਨ ਆਏ? ਉੱਥੇ ਬਾਣੀਆਂ ਦਿੱਤੀਆਂ, ਆਨੰਦ ਸਾਹਿਬ, ਸੁਖਮਣੀ ਸਾਹਿਬ, ਆਸਾ ਦੀ ਵਾਰ, ਜਪਜੀ ਸਾਹਿਬ, ਕਿਹਦੇ ਵਿੱਚੋਂ ਹੈ? ਆਸਾ ਦੀ ਵਾਰ। ਹੁਣ ਆਪਾਂ ਗੁਰੂ ਨਾਨਕ ਦੇਵ ਜੀ ਨਾਲ ਰਿਲੇਟਡ ਕੁਐਸਚਨ ਕਰਨੇ ਨੇ, ਉਹਨਾਂ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਜਨਮ ਕਦੋਂ ਤੇ ਕਿੱਥੇ ਹੋਇਆ ਗੁਰੂ ਨਾਨਕ ਦੇਵ ਜੀ ਦਾ? ਕਨਿਸ਼ਕਾ, ਕਿੱਥੋਂ ਤੱਕ ਉਹਨਾਂ ਦਾ ਜੀਵਨ ਕਾਲ? 1539 ਉਹਨਾਂ ਦਾ ਜੀਵਨ ਕਾਲ ਮੰਨਿਆ। ਜੀਵਨ ਕਾਲ ਦਾ ਭਾਵ ਕੀ ਹੈ? ਕਿ ਜਨਮ ਤੋਂ ਲੈ ਕੇ ਜੋਤੀ ਜੋਤ ਸਮਾਨ ਤੱਕ ਦਾ ਸਮਾਂ, ਆਖਰੀ ਸਮਾਂ। ਗੁਰੂ ਨਾਨਕ ਦੇਵ ਜੀ ਦਾ ਜੀਵਨ ਕਾਲ 1469 ਤੋਂ 1539 ਸਿਡਾਂ। ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ, ਜਨਮ ਸਥਾਨ, ਜਨਮ ਕਿੱਥੇ ਹੋਇਆ? ਰਾਏ ਭੋਏ ਦੀ ਤਲਵੰਡੀ, ਜੋ ਕਿ ਅੱਜ ਕੱਲ ਨਨਕਾਣਾ ਸਾਹਿਬ, ਉਸ ਗੁਰਦੁਆਰੇ ਦਾ ਨਾਮ ਨਨਕਾਣਾ ਸਾਹਿਬ। ਠੀਕ ਹੈ, ਅਗਲਾ ਕੁਐਸਚਨ, ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ? ਮਹਿਤਾ ਕਾਲੂ। ਠੀਕ ਹੈ, ਮਾਤਾ ਦਾ ਨਾਮ? ਮਾਤਾ ਦਾ ਨਾਮ ਤ੍ਰਿਪਤਾ ਦੇਵੀ। ਭੈਣ ਦਾ ਨਾਮ? ਬੇਬੇ ਨਾਨਕੀ। ਭੈਣ ਦਾ ਨਾਮ ਕੀ ਹੈ? ਜਿਹੜੇ ਬੱਚਿਆਂ ਦੀ ਆਵਾਜ਼ ਆਈ, ਬੀਬੀ ਭਾਨੀ ਜੀ। ਬੀਬੀ ਭਾਨੀ ਜੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਹੋਏ ਹਨ। ਉਹ ਆਪਾਂ ਗੁਰੂ ਅਮਰਦਾਸ ਜੀ ਦੀ ਰਚਨਾ ਕਰਾਂਗੇ, ਤਾਂ ਆਪਾਂ ਉਹ ਡਿਸਕਸ ਕਰਾਂਗੇ। ਕੁਐਸਚਨ, ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਮ ਬੇਬੇ ਨਾਨਕੀ ਤੇ ਸੁਪਤਨੀ ਦਾ ਨਾਮ? ਸੁਪਤਨੀ, ਇਹ ਤਾਂ ਐਕਸਟਰਾ ਕਲਾਸਿਸ ਜਿਨ੍ਹਾਂ ਨੇ ਅਟੈਂਡ ਕੀਤੀਆਂ ਸੀ ਉਹਨਾਂ ਨੂੰ ਪਤਾ ਹੈ, ਕੁਐਸਚਨ ਕਰਵਾਏ ਸਾਰੇ। ਚਲੋ ਮੈਂ ਆਪਸ਼ਨ ਦਿੰਦੀ ਹਾਂ, ਫਿਰ ਸ਼ਾਇਦ ਆ ਜੇ। ਮਾਤਾ ਦਾਨੀ ਜੀ, ਮਾਤਾ ਸੁਲੱਖਣੀ ਜੀ, ਮਾਤਾ ਸੁਲੱਖਣੀ ਜੀ। ਠੀਕ ਹੈ, ਮਾਤਾ ਗੁਜਰੀ ਜੀ ਨਹੀਂ ਹੋ ਸਕਦੇ, ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਹੈ। ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਬੀਬੀ ਸੁਲੱਖਣੀ ਜਾਂ ਮਾਤਾ ਸੁਲੱਖਣੀ? ਨੈਕਸਟ ਕੁਐਸਚਨ ਇਸ, ਗੁਰੂ ਨਾਨਕ ਦੇਵ ਜੀ ਦੇ ਸਪੁੱਤਰਾਂ ਦੇ ਨਾਮ?
बाबा श्री चंद जी, बाबा लक्ष्मी दास जी, ठीक है, दो पुत्र बाबा श्री चंद जी उदासीन हुए है, जेड़ा के आश्रम साडा चल रहा उन्होंने करके ही उदासीन आश्रम, जिन्होंने गृहस्थी जीवन ना अपनाया हो, ठीक है, घर परिवार जिन्हों का ना हो, उन्होंने उदासीन कहते हैं। दो पुत्र होए ने गुरु नानक देव जी दे, केड़े केड़े बेटे, लक्ष्मी दास से। चलो नेक्स्ट क्वेश्चन, गुरु नानक देव जी ने आखिरी समा कित्थे बिताया? करतारपुर कित्थे बिताया? वो केड़ी नदी सी जिस विचों तीन दिन अलोप रहे? वही नदी। किन्ने दिन अलोप रहे? तीन दिन। उन्होंने कित्थे नौकरी कित्ती सी जिथे उन्होंने? दौलत खां दे मोती खाने वेच। केड़ी जगह? सुल्तानपुर लोधी, अपनी भैन दे कोल रहिंदिया। किन्ने लवाया सी उन्होंने नौकरी? ते उन्होंने जीजे जय राम जी ने। जीजे का नाम की सी? गुरु नानक देव जी दे। जय राम जी ने उन्होंने नौकरी कित्थे दवाई सी? दौलत खां दे। ये सारे क्वेश्चन ऑप्शन च आने हैं, जे तुसी क्लास च सुनिया होगा तो तुहानूं होएगा पता कि हाँ ये मैं वर्ड सुनिया सी, ये गुरु नानक देव जी जीवन नाल रिलेटेड है। जय राम जी उन्होंने जीजा जी जिन्होंने नौकरी लवाई दौलत खां दे मोदी खाने, उत्थे की किता नौकरी करदिआं? तेरा तेरा कह के सारा अनाज गरीबां विच वंड दिता। किसने नवाब दौलत खां नूं गुरु नानक देव जी बारे शिकायत कीती? किसने कीती शिकायत? कोई दस सकदा केड़ा हाकम सी उस समय दा? बाबर भी गुरु नानक देव जी नहीं? नो डाउट बाबर मुगल हाकम होया, मुगल एम्परर जिन्हों ने गुरु नानक देव जी ने सीधे राय पाया सी, जड़ा कि जिन्हें स्त्रियों नु निशाना बनाया सी, उन्हां दी बेपत्ती कीती। पर केड़ा हाकम सी उस समय दा, उस इलाके दा जिसने गुरु नानक देव जी दी शिकायत कीती? किदे कोल? मालक कोल आके, दौलत खां कोल, मोदी खाने दा जड़ा मालक सी उन्हों शिकायत कीती कि ये गलत कर रहे हैं। राय बुलार। कौन सी? राय बुलार। पर जो सारा हिसाब तक देखा तो पूरा निकलिया, क्योंकि गुरु नानक देव जी आत्मा करके उन्होंने आत्मा परमात्मा नाल भेद सी। चलो गुरु नानक देव जी ने उपदेश की दिता सारी दुनिया नू? किरत करो, किरत करो, नाम जपो, वंड चुको। चलो लास्ट क्वेश्चन, हूँ गुरु नानक देव जी ने जीवन नाल संबंधित, गुरु नानक देव जी ने भुले भटके लोगों को सही रस्ता दिखाने की किया? चार उदासियां कीतियां, चार दिशावां वेच उदासियां कीतियां, समझो यात्रावां। इस दौरान उन्होंने बाबर नू सीधा रस्ते ते पाया, सज्जन ठग वर्गियां नू, मलक भागो वर्गियां नू ते भाई लालो वर्गियां नू गले लाया सी। उन्हां दी जिहड़ी सी सच्ची सुच्ची किरत, ते मलक भागो जिहड़ा कि लोगों का खून चूसता सी, ਵੱਡੇ ਰਾਕਸ਼ ਵਰਗਿਆਂ ਨੂੰ ਸਹੀ ਰਸਤਾ ਦਿਖਾਇਆ। ਅਜੇ ਲੋਕ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿੱਚ ਆਏ ਸਨ ਤੇ ਉਹ ਝੁੱਕ ਗਏ ਸਨ। ਇੱਥੋਂ ਤੱਕ ਬਾਬਰ ਵੀ ਝੁੱਕ ਗਿਆ, ਠੀਕ ਹੈ। ਬਾਬਰ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਬਾਦਸ਼ਾਹ, ਤੇ ਕੋਈ ਦੱਸ ਸਕਦਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਬਾਦਸ਼ਾਹ ਜਾਂ ਗੁਰੂ ਤੇਗ ਬਹਾਦਰ ਜੀ? ਇਹ ਤਾਂ ਤੁਹਾਨੂੰ ਈਜ਼ੀ ਆਸਾਨੀ ਨਾਲ ਪਤਾ ਹੋਣਾ ਚਾਹੀਦਾ। ਜ਼ਫਰਨਾਮਾ ਇਕਾਂਗੀ ਪੜਿਆ, ਉਹਦਾ ਮੁੱਖ ਪਾਤਰ ਕੌਣ ਹੋਇਆ? ਔਰੰਗਜ਼ੇਬ। इन्ना क्लीयर? चलो हुण आपां गल करिए काव्य रचना दे बारे। सो क्यों मंदा आखिए, उस सिर्फ दो मिनट च तुसी रिवाइज कर लेनी, ओ तुहानूं सबनूं आंदी है। सो क्यों मंदा आखिए विच इसत्री लई किहड़ा शब्द वरत्या? इसत्री लई किहड़ा शब्द वरत्या? भंड। गुरबाणी विच गुरु नानक देव जी ने इसत्री दे हक विच अकट दलीलां पेश कीतियां, ना कट्टण वाले कोई कट ही नहीं सकदा अजिहियां दलीलां नूं। अजिहियां दलीलां पेश कीतियां केड़ियां केड़ियां? और एक एक लाइन समझो, भंड जमी है। हुण एक एक लाइन की मैं व्याख्या करनी कि तुहानूं मीनिंग समझ आ जाए।
ਭੰਡ ਜੰਮੀਏ ਭੰਡ ਨਿੰਮੀਏ ਭੰਡ ਮੰਗਣ ਵਿਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ। ਭੰਡ ਜੰਮੀਏ ਦਾ ਮਤਲਬ ਇਸਤਰੀ ਪੈਦਾ ਕਰਨ ਵਾਲੀ ਹੈ। ਬੱਚੇ ਕੌਣ ਪੈਦਾ ਕਰਦਾ? ਇਸਤਰੀ। ਕਿੰਨੀ ਮਹਾਨਤਾ ਨਾ ਕਿ ਅਸੀਂ ਦੁਨੀਆਂ 'ਚ ਕਿਵੇਂ ਆਏ ਹਾਂ। ਸਾਨੂੰ ਦੁਨੀਆ ਕਿੰਨੇ ਦਿਖਾਈ? ਸਾਡੀ ਮਾਂ ਜਿਹੜੀ ਪੂਜਣ ਯੋਗ ਹੈ, ਪਹਿਲੀ ਮਾਂ ਸਾਡੀ ਲਕਸ਼ਮੀ ਦੇਵੀ, ਜਿਹਨੇ ਜਨ ਕੇ ਅਕਲ ਸਿਖਾਈ ਹੈ। ਕਵੀਆਂ ਨੇ ਲਿਖਿਆ ਸਾਡੀ ਮਾਂ ਜਿਹੜੀ ਜਨਮਦਾਤੀ ਸਾਨੂੰ ਅਕਲ ਸਿਖਾਉਂਦੀ ਹੈ। ਦੂਜੀ ਮਾਂ ਸਾਡੀ ਭਾਰਤ ਮਾਤਾ, ਜਿਸਦੀ ਮਿੱਟੀ ਮੈਨੂੰ ਜਨਿਆ। ਦੂਜੀ ਮਿੱਟੀ ਦੂਜੀ ਸਾਡੀ ਮਾਂ ਕਿਹੜੀ ਹੈ? ਧਰਤੀ ਮਾਂ। ਤੀਜੀ ਮਾਂ ਸਾਡੀ ਕਿਹੜੀ ਹੈ? ਦੱਸ ਸਕਦੇ? ਤੀਜੀ ਮਾਂ, ਮਾਂ ਬੋਲੀ। ਠੀਕ ਹੈ, ਇਹੋ ਜਿਹੀ ਮਨੋਹਰ ਮਿੱਟੀ ਹੋਰ ਕੋਈ ਬੋਲੀ ਨਹੀਂ ਡਿੱਠੀ। ਇਹ ਕਵੀਆਂ ਨੇ ਲਿਖਿਆ, ਧਨੀ ਰਾਮ ਚਾਤਰੀ ਨੇ ਕਵਿਤਾ ਲਈ ਤਿੰਨ ਮਾਵਾਂ ਦੀ ਸਿਫਤ ਕੀਤੀ ਹੈ। ਪਹਿਲੀ ਮਾਂ ਵੀ ਸਿਫਤ ਯੋਗ ਹੈ, ਪੂਜਨ ਯੋਗ ਹੈ, ਸਾਡੀ ਜਨਮਦਾਤੀ ਮਾਂ ਜਿਹਨੇ ਸਾਨੂੰ ਰੰਗ ਬਿਰੰਗੀ ਦੁਨੀਆ ਦਿਖਾਈ ਹੈ ਔਰ ਅਕਲ ਦਿੱਤੀ ਹੈ। ਔਰ ਧਰਤੀ ਮਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ ਜਿਸ ਮਿੱਟੀ ਵਿੱਚ ਪੈਦਾ ਹੋਏ ਹਾਂ। ਔਰ ਤੀਜੀ ਜ਼ੁਬਾਨ ਹੈ ਸਾਡੀ, ਬੋਲ ਬਾਣੀ ਹੈ, ਮਾਂ ਬੋਲੀ ਪੰਜਾਬੀ, ਕਿਉਂਕਿ ਪੰਜਾਬ 'ਚ ਰਹਿੰਦੇ ਹਾਂ। ਔਰ ਤਿੰਨੋਂ ਮਾਵਾਂ ਦੀ ਆਪਣੀ ਆਪਣੀ ਸਿਫਤ ਯੋਗ ਥਾਂ ਹੈ, ਕੋਈ ਵੀ ਬੇਕਦਰੀ ਦੇ ਯੋਗ ਨਹੀਂ ਹੈ। ਠੀਕ ਹੈ, ਹੁਣ ਆਪਾਂ ਗੱਲ ਕਰ ਰਹੇ ਸੀ ਇਸਤਰੀ ਦੀ ਮਹਾਨਤਾ ਬਾਰੇ। ਇਸਤਰੀ ਜਨਮਦਾਤੀ ਹੈ, ਇਸਤਰੀ ਪਾਲਣਹਾਰੀ ਹੈ, ਇਸਤਰੀ ਨਾਲ ਮੰਗਣੀ ਹੁੰਦੀ ਹੈ। ਮੰਗਣ ਦਾ ਮਤਲਬ ਕੀ ਹੈ? ਮੰਗਣੀ ਮੀਨਸ ਕੁੜਮਾਈ। ਵਿਆਹ ਤੋਂ ਪਹਿਲਾਂ ਕਿਹੜੀ ਰਸਮ ਹੁੰਦੀ ਹੈ? ਕੁੜਮਾਈ ਦੀ ਰਿੰਗ ਸੈਰਾਮਨੀ ਜਿਹਨੂੰ ਕਹਿੰਦੇ ਹੈ। ਫਿਰ ਕੀ ਹੁੰਦਾ ਇਸਤਰੀ ਨਾਲ ਵਿਆਹ? ਭੰਡੋ ਹੋਵੇ ਦੋਸਤੀ, ਇਸਤਰੀ ਨਾਲ ਹੀ ਦੋਸਤੀ ਦਾ ਰਿਸ਼ਤਾ ਕਾਇਮ ਹੁੰਦਾ, ਦੋਸਤਾਨਾ ਰਿਸ਼ਤਾ। ਭੰਡੋ ਚੱਲੇ ਰਾਹੋ, ਇਹਦਾ ਮੀਨਿੰਗ ਦੱਸ ਸਕਦੇ? ਭੰਡੇ ਚੱਲੇ ਰਾਹੋ ਦਾ ਕੀ ਮੀਨਿੰਗ? ਭੰਡੋ ਚੱਲੇ ਰਾਹੋ ਦਾ ਮੀਨਿੰਗ ਦੱਸੋ। ਜੇ ਪੇਪਰ 'ਚ ਕੁਸ਼ਚਨ ਆ ਜਾਂਦਾ ਤੇ ਆਪਸ਼ਨ ਦਿੱਤੀਆਂ ਹੋਈਆਂ। ਸੰਸਾਰ ਵਿਕਾਸ ਕਰਦਾ ਹੈ, ਸੰਸਾਰ ਅੱਗੇ ਚੱਲਦਾ ਹੈ। ਜੇ ਇਸਤਰੀ ਨਾ ਹੋਵੇ ਤਾਂ ਸੰਸਾਰ ਦਾ ਵਿਕਾਸ ਹੀ ਰੁਕ ਜਾਏ। ਤੁਸੀਂ ਦੇਖੋ ਇੱਥੋਂ ਹੀ ਕਿੰਨੀ ਮਹਾਨਤਾ ਨਜ਼ਰ ਆਉਂਦੀ ਹੈ ਕਿ ਕਦੀ ਇਸਤਰੀ ਨੂੰ ਮੰਦਾ ਨਾ ਬੋਲੋ, ਭਾਵੇਂ ਉਹ ਭੈਣ ਦੇ ਰੂਪ 'ਚ ਹੈ, ਭਾਵੇਂ ਧੀ ਦੇ ਰੂਪ ਵਿੱਚ, ਭਾਵੇਂ ਮਾਂ ਦੇ ਰੂਪ ਵਿੱਚ। ਕਿੰਨੇ ਰਿਸ਼ਤੇ ਇਸਤਰੀ ਨਾਲ ਕਾਇਮ ਹੁੰਦੇ ਨੇ। ਫਿਰ ਅਗਲੀ ਲਾਈਨ ਕੀ ਕਹੀ ਹੈ? ਭੰਡ ਮੂਆ ਭੰਡ ਭਾਲੀਏ। ਜਦੋਂ ਕਿਸੇ ਦੀ ਇਸਤਰੀ ਮਰ ਜਾਂਦੀ ਹੈ ਨਾ, ਉਸ ਘਰ ਦਾ ਹਾਲਤ ਦੇਖੋ, ਉਸ ਘਰ ਵਿੱਚ ਘੋਰ ਹਨੇਰ ਹੋ ਜਾਂਦਾ। ਉਸ ਘਰ ਵਿੱਚ ਕੋਈ ਘਰ ਨੂੰ ਮੈਨੇਜ ਕਰਨ ਵਾਲਾ ਨਹੀਂ ਹੈ ਜਿਸ ਘਰ 'ਚੋਂ ਇਸਤਰੀ ਚਲੇ ਜਾਏ। ਫਿਰ ਕੀ ਕਰਦੇ ਹੈ? ਘਰ ਦੇ ਕਹਿੰਦੇ ਕਿ ਕੋਈ ਇਸਤਰੀ ਦੂਜੀ ਦੀ ਭਾਲ ਕਰਨੀ ਪੈਣੀ ਹੈ, ਘਰ ਤਾਂ ਚਲਾਉਣਾ। ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਦਾਨ। ਬੰਦਾਨ ਦਾ ਅਰਥ ਦੱਸੋ, ਬੰਦਾਨ ਦਾ ਕੀ ਮੀਨਿੰਗ ਹੈ? ਰਿਸ਼ਤੇ, ਸਾਰੇ ਰਿਸ਼ਤੇ ਨਾਤੇ ਕਿਸ ਨਾਲ ਨਿਭਦੇ ਹਨ? ਜਦੋਂ ਕਿਸੇ ਇਸਤਰੀ ਮਰ ਜਾਂਦੀ ਤਾਂ ਇਨਸਾਨ ਦੂਸਰੀ ਇਸਤਰੀ ਦੀ ਭਾਲ ਕਰਦਾ ਹੈ, ਕਿਉਂਕਿ ਜ਼ਿੰਦਗੀ ਦਾ ਨਿਰਵਾਹ ਕਰਨਾ ਹੈ, ਸਾਰੇ ਕਾਰਜ ਰਾਸ ਕਰਨੇ ਆ। ਅਗਲੀ ਲਾਈਨ ਕੀ ਹੈ? ਨਾਨਕ ਭੰਡੇ ਬਾਰਾਂ, ਸੋ ਕਿਉਂ ਮੰਦਾ ਆਖੇ ਜਿਤ ਜੰਮੇ ਰਜਾਨ। ਇਸ ਪੈਰੇ ਦੇ ਐਂਡ ਤੇ ਗੁਰੂ ਸਾਹਿਬ ਨੇ ਤੱਤ ਕੱਢਤਾ, ਅਜਿਹੀ ਇਸਤਰੀ ਨੂੰ ਮੰਦਾ ਕਿਉਂ ਬੋਲਿਆ ਜਾਏ ਜਿਹੜੀ ਇਸਤਰੀ ਰਾਜਿਆਂ ਮਹਾਰਾਜਿਆਂ ਦੀ ਜਨਨੀ ਹੈ। ਅਗਲੇ ਪੈਰੇ ਵਿੱਚ, ਸੈਕਿੰਡ ਪੈਰੇ ਵਿੱਚ, ਜਿੱਥੇ ਇਸਤਰੀ ਦੀ ਮਹਾਨਤਾ ਦੱਸੀ ਹੈ ਉੱਥੇ ਪਰਮਾਤਮਾ ਦੀ ਸਿਫਤ ਕੀਤੀ ਹੈ, ਕਿਉਂਕਿ ਇਸਤਰੀ ਤੋਂ ਬਿਨਾਂ ਕਿਸੇ ਹੋਣ ਸੇ ਵਿਕਾਰੀ ਗਈ ਸਿਫਤ। ਸਿਰਫ ਇੱਕ ਇਸ ਦੁਨੀਆਂ ਵਿੱਚ ਪਰਮਾਤਮਾ ਹੈ ਜੋ ਕਿ ਇਸਤਰੀ ਤੋਂ ਬਿਨਾਂ ਹੈ, ਕਿਉਂਕਿ ਪਰਮਾਤਮਾ ਤਾਂ ਆਪ ਦੁਨੀਆਂ ਨੂੰ ਚਲਾਉਣ ਵਾਲਾ ਹੈ, ਬਣਾਉਣ ਵਾਲਾ ਹੈ। ਜੇ ਇਸਤਰੀ ਜਨਮਦਾਤੀ ਹੈ ਤਾਂ ਇਹ ਘੜਤ ਘੜਨ ਵਾਲਾ ਕੌਣ ਹੈ? ਪਰਮਾਤਮਾ। ਇਹ ਕੰਨਾਂ ਨੂੰ ਸੁਣਨ ਦੀ ਸ਼ਕਤੀ ਦੇਣ ਵਾਲਾ ਕੌਣ ਹੈ? ਪਰਮਾਤਮਾ। ਇਹ ਹੱਥ ਪੈਰ ਸਲਾਮਤ ਦੇਣ ਵਾਲਾ ਕੌਣ ਹੈ? ਨੱਕ ਸੁੰਘਣ ਦੀ ਗਿਆਨ ਇੰਦਰੀਆਂ, ਪੰਜ ਗਿਆਨ ਇੰਦਰੀਆਂ ਬਖਸ਼ਣ ਵਾਲਾ ਪਰਮਾਤਮਾ ਹੈ। ਨੱਕ ਨੂੰ ਸੁੰਘਣ ਦੀ ਸ਼ਕਤੀ ਦਿੱਤੀ ਹੈ, ਜ਼ਬਾਨ ਨੂੰ ਬੋਲਣ ਦੀ, ਅੱਖਾਂ ਨੂੰ ਦੇਖਣ ਦੀ। ਇਹਨਾਂ ਚੀਜ਼ਾਂ ਕਰਕੇ ਅਸੀਂ ਕਿਹਦਾ ਸ਼ੁਕਰ ਕਰਦੇ ਹਾਂ? ਪਰਮਾਤਮਾ ਦਾ। ਜਿਹਨਾਂ ਕੋਲ ਇਹ ਚੀਜ਼ ਨਹੀਂ ਹੈ ਨਾ, ਜਿਹੜਾ ਵੀ ਕੋਈ ਇਨਸਾਨ ਇੱਕ ਚੀਜ਼ ਤੋਂ ਵੀ ਵਾਂਝਾ ਨਾ, ਉਹਦੇ ਲਈ ਜ਼ਿੰਦਗੀ ਦਾ ਸਵਾਦ ਨਹੀਂ। ਤੁਸੀਂ ਜਿਹੜਾ ਸੰਸਾਰ ਜਾਂਦਾ ਇਨਸਾਨ ਭੁੱਲ ਜਾਂਦਾ, ਇੰਨਾ ਦੁਨਿਆਵੀ ਝੇਲ ਝਮੇਲਿਆਂ 'ਚ ਭੁੱਲ ਪੈ ਗਿਆ ਕਿ ਇਹ ਗੱਲਾਂ ਨੂੰ ਭੁੱਲ ਹੀ ਗਿਆ ਕਿ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੋਣਾ ਕਿੰਨਾ ਜ਼ਰੂਰੀ ਹੈ। ਨਾਨਕ ਭੰਡੇ ਬਾਰਾਂ ਇੱਕੋ ਸੱਚਾ ਸੋਏ। ਸੱਚਾ ਸੋਏ ਤੋਂ ਕੀ ਭਾਵ ਹੈ? ਪਰਮਾਤਮਾ।
स्त्री तो बिना कौन है? परमात्मा। बाज तो बिना, बाज द मीनिंग बिना, मीनिंग लिख लो, बाज द मीनिंग बिना। जित मुख सदा सलाइए भागा रत्ती चार, सलाइए का मीनिंग दसो, पेपर च भी ऑलरेडी आया सी। सिफत करना, जेड़े मुख परमात्मा दी सिफत करते हैं और रब की दरगाह विच परवान होंदे हैं। जित मुख सदा सलाइए भागा रत्ती चार, भागा रत्ती चार का मीनिंग लिखो, भागा रत्ती चार का मीनिंग कौन दसेगा? ऐदा नहीं ऑप्शन मैं क्यों दसा हूं, एक एक मीनिंग का मीनिंग लिखो। चलो ऑप्शन भी दस दें, चंगे भागा वाला, ठीक है, माड़े भागा वाला, खुशकिस्मत या सिफत करने वाला, चंगे भागा। तो दूजे शब्द जे ये आ जाए कि भागा की मणि किसे मत्थे ते शोभदी है, जड़े परमात्मा की सिफत करते। भागा रत्ती चार का भाव यह भी होंगे भागा की मणि वो कितने शोभदी है, साढ़े मत्थे ते। पर किन्ना दे मत्थे ते शोभदी है, चंगी लगती है, जड़े परमात्मा का जस गाते हैं, जड़े परमात्मा का जस गाते हैं। लास्ट लाइन, नानक ते मुख उजले इस सच्चे दरबार। किन्ना दे मुख उजले होंगे हैं, जड़े रब का, रब की सिफत करते हैं, उन्होंने मुख उजले कितने होंगे ने? रब की दरगाह, रब की दरगाह लई कौन शब्द आया? तित सच्चे दरबार। यह लाइन भी पेपर च आई सी कि कंप्लीट करो, ठीक है, नानक ते मुख उजले अगो ब्लैंक तित सच्चे दरबार, उत्ते ब्लैंक दिती होएगी, तित सच्चे संसार, तित सच्चे घर बार, तित सच्चे दरबार। तो तुसी जे लाइना सुनिया हुई तो तुसी भर सकते हो, फिल कर सकते हो, ठीक है। यह कविता डन, दूसरी कविता, दो कवि काव्य रचनावां ही अज होनी है। सेकंड काव्य रचना केड़ी है? कृपा करके बख्श। चलो हुण इह दोनों रोज, ठीक है, कृपा करके बख्श लो। किसी रचना है? गुरु अमरदास जी, गुरु अमरदास जी का जीवन काल, गुरु अमरदास जी का जीवन काल जिवें है गुरु नानक देव जी का, 1479 तो, ठीक है। चलो गुरु अमरदास जी की प्रसिद्ध बाणी, जिवें गुरु नानक देव जी की आप आसा रिवार की, बारह माह जपजी साहिब की, गुरु अमरदास जी की प्रसिद्ध बाणी आनंद साहिब, गुरु अमरदास जी की प्रसिद्ध बाणी आनंद साहिब। हुण मैनूं इह क्वेश्चन दसो, द आंसर दसो कि कृपा करके बख्श लियो किहड़ी बाणी चों? आसा दी वार तो गुरु नानक देव जी दी है, वो तो ऑलरेडी तुसी गलती कर दिता ना, बिल्कुल। ऑप्शन है श्लोक महला तीजा आनंद साहिब, श्लोक वारा तो वधीक, श्लोक वारा तो घट, श्लोक वारा तो वधीक। ये किहदे चों लई गई है? नोट करो, श्लोक वारा तो वधीक। ये जिहड़ी बाणी है ना, ये भी गुरु ग्रंथ साहिब विच दर्ज है। श्लोक वारा तो वधीक विचों किहड़ा शब्द लिया बेटे? किहड़ा शब्द लिया? कृपा करके बख्श लियो। चलो हुण लाइना ध्यान नाल समझो, इहदे अकॉर्डिंग कोई भी क्वेश्चन आ जाए। असी खत्ते बहुत कमावदे, असी तो की भाव है, कौन दसेगा? असी तो की भाव है? संसारक जीव। नोट करो, असी तो भाव है संसारक जीव, असी संसारक जीव, जीव आत्मावां। हां जी बेटे, भूमिका, एनी डाउट? भूमिका मैम नहीं आंसर दे, मैम आंसर दे, वैसे हैंड्रीज कीता। ओके, थैंक यू। असी तो भाव की है संसारक जीव, खत्ते तो की भाव है? अगला खत्ते पाप, गुनाह, गुनाह अपराध, वेरी गुड। और की हो सकता? भुला, ठीक है, गलतियां। फाइव वर्ड्स जो कोई भी ऑप्शन च दिता होए तो तुसी लिख सकते हो। खत्ते दा की भाव है? अपराध, गलतियां, भुला, पाप, गुनाह, ठीक है। असी संसारक जीव बहुत ही पाप करने वाले हैं, कमांदे दा मतलब है करने वाले हैं,
ਸਾਡੀਆਂ ਕੀਤੀਆਂ ਗਲਤੀਆਂ ਦਾ ਕੋਈ ਅੰਤ ਨਹੀਂ। ਬੇਸ਼ੁਮਾਰ ਗਲਤੀਆਂ ਕੀਤੀਆਂ ਸੀ ਜਾਣੇ ਅਣਜਾਣੇ ਚ। ਅਗਲੀ ਲਾਈਨ ਕੀ ਹੈ? ਹਰ ਕਿਰਪਾ ਕਰਕੇ ਬਖਸ਼ ਲਿਓ। ਹਰ ਦਾ ਕੀ ਭਾਵ ਹੈ? ਪਰਮਾਤਮਾ ਦੇ ਅੱਗੇ ਅਰਦਾਸ। ਕਿਰਪਾ ਦਾ ਭਾਵ ਕੀ ਹੈ? ਕਿਰਪਾ ਦਾ ਮੀਨਿੰਗ ਦੱਸੋ। ਕਿਰਪਾ ਦਾ ਮਤਲਬ ਮਿਹਰ ਹੈ, ਇੱਛਾ ਹੈ, ਪ੍ਰਸੰਨਤਾ ਹੈ। ਕੀ ਆਏਗਾ ਮੀਨਿੰਗ? ਮਿਹਰ ਜਾਂ ਦਿਆ। ਮਦਦ ਨਹੀਂ ਆ ਸਕਦਾ ਵਰਡ, ਠੀਕ ਹੈ। ਪਰਮਾਤਮਾ ਦੇ ਅੱਗੇ ਅਰਦਾਸ ਕੀਤੀ, ਇਹ ਪਰਮਾਤਮਾ ਤੁਸੀਂ ਆਪਣੀ ਮਿਹਰ ਕਰਕੇ ਸਾਡੇ ਪਾਪਾਂ ਨੂੰ ਬਖਸ਼ ਦਿਓ। ਹਰ ਕਿਰਪਾ ਕਰਕੇ ਬਖਸ਼ ਲਓ। ਹਾਂ ਪਾਪੀ ਵਡਗੁਣ ਗਾਰ, ਕਿਉਂਕਿ ਅਸੀਂ ਬਹੁਤ ਹੀ ਵੱਡੇ ਪਾਪੀ ਹਾਂ। ਵਡਗੁਣਗਾਰ, ਗੁਨਾਹਗਾਰ, ਬਹੁਤ ਵੱਡੇ ਗੁਨਾਹਗਾਰ ਹਾਂ। ਹੰਕਾਰੇ ਹੋਏ ਹਾਂ, ਹੋਮ ਮੀਨਸ ਹੰਕਾਰ ਵਿੱਚ ਆਏ ਹੋਏ। ਨੈਕਸਟ ਲਾਈਨ, ਹਰ ਜੀ ਉਹ ਲੇਖੇ ਵਾਰ ਨਾ ਆਵੇ। ਲੇਖੇ ਦਾ ਕੀ ਮਤਲਬ ਹੈ? ਲੇਖਾ ਸਾਡੇ ਕਿੱਤੇ ਕਰਮਾਂ ਦਾ ਹਿਸਾਬ ਕਿਤਾਬ ਬਹੁਤ ਮੁਸ਼ਕਿਲ ਹੈ। ਲੇਖਾ ਦਾ ਮਤਲਬ ਹੈ ਲੇਖਾ ਜੋਖਾ ਹਿਸਾਬ ਕਿਤਾਬ, ਕਰਮ ਨਹੀਂ। ਹਰ ਜੀ ਉਹ ਲੇਖੇ ਵਾਰ ਨਾ ਆਵੇ, ਤੂੰ ਬਖਸ਼ ਮਿਲਾਵਨਹਾਰ। ਪਰਮਾਤਮਾ ਦੀ ਕੀ ਸਿਫਤ ਕੀਤੀ ਹੈ? ਉਹ ਕੀ ਹੈ? ਬਖਸ਼ਣਹਾਰ, ਮਿਲਾਵਨਹਾਰ। ਤੇ ਇਨਸਾਨ ਕੀ ਹੈ? ਭੁੱਲਣਹਾਰ। ਇਨਸਾਨ ਕੀ ਹੈ? ਭੁੱਲਣਹਾਰ ਜੀਵ ਹੈ। ਤੇ ਪਰਮਾਤਮਾ ਕੀ ਹੈ? ਬਖਸ਼ਣਹਾਰ। ਕੀ ਅਰਦਾਸ ਕੀਤੀ? ਕਿ ਸਾਡੀਆਂ ਕੀਤੀਆਂ ਗਲਤੀਆਂ ਅਨੁਸਾਰ ਵਾਰੀ ਆਉਣੀ ਬਹੁਤ ਮੁਸ਼ਕਿਲ ਆ। ਵਾਰੀ ਨਹੀਂ ਆਉਣੀ, ਅਸੀਂ ਲਾਈਨ 'ਚ ਖੜੇ ਰਹਿ ਜਾਣਾ, ਕਿਉਂਕਿ ਅਸੀਂ ਇੰਨੇ ਗੁਨਾਹ ਕਰ ਲਏ। ਕੀ ਕਿਹਾ? ਹਰ ਜੀ ਉਹ ਲੇਖੇ ਵਾਰ ਨਾ ਆਵੇ, ਵਾਰੀ ਆਉਣੀ ਹੀ ਨਹੀਂ। ਇਸ ਕਰਕੇ ਤੁਸੀਂ ਪਹਿਲਾਂ ਹੀ ਸਾਡੇ ਤੇ ਮਿਹਰ ਕਰੋ ਤੇ ਸਾਨੂੰ ਆਪਣੇ ਨਾਲ ਮਿਲਾ ਲਓ। ਹੁਣ ਅਗਲੀਆਂ ਦੋ ਲਾਈਨ 'ਚ ਕੀ ਹੈ ਤੱਤ ਕੱਢਿਆ? ਗੁਰੂ ਧੁੱਠੇ ਹਰ ਪ੍ਰਮੇਲਿਆ। ਗੁਰੂ ਕੀ ਕਰਦਾ? ਪ੍ਰਸੰਨ ਹੁੰਦਾ ਜਿਸ ਉੱਤੇ। ਧੁੱਠੇ ਦਾ ਮੀਨਿੰਗ ਲਿਖੋ ਪ੍ਰਸੰਨ। ਧੁੱਠੇ ਦਾ ਮੀਨਿੰਗ ਕੀ ਹੈ? ਪ੍ਰਸੰਨ। ਇਹ ਵੀ ਪੇਪਰ 'ਚ ਕੁਸ਼ਚਨ ਆਇਆ ਸੀ। ਧੁੱਠੇ ਦਾ ਮਤਲਬ ਹੈ ਮਦਦ, ਦਿਆ, ਪ੍ਰਸੰਨ। ਬੋਲੋ ਕੀ ਆਏਗਾ? ਪ੍ਰਸੰਨ। ਗੁਰੂ ਜਿਸ ਉੱਤੇ ਪ੍ਰਸੰਨ ਹੋ ਜਾਵੇ, ਖੁਸ਼ ਹੋ ਜਾਵੇ, ਉਹ ਕਿਹਦੇ ਨਾਲ ਮਿਲਾ ਦਿੰਦਾ? ਹਰ ਹਰ ਪ੍ਰਭ ਮੇਲਿਆ। ਕਿਹਦੇ ਨਾਲ ਮੇਲ ਮਿਲਾਪ ਕਰਾਤਾ? ਪਰਮਾਤਮਾ। ਫਿਰ ਇਹਦਾ ਅਸਰ ਕੀ ਹੋਇਆ? ਸਭ ਕਿਲ ਵਿਖ ਕੱਟ ਵਿਕਾਰ। ਇਹ ਵੀ ਲਾਈਨ ਆਈ ਸੀ ਕਿ ਬੱਚਿਆਂ ਨੂੰ ਕਿਲ ਵਿਖ ਭਰਨਾ ਨਹੀਂ ਆਇਆ, ਹੈ ਨਾ? ਲਾਈਨ ਪੜ੍ਹੀ ਹੁੰਦੀ, ਸੁਣੀ ਹੁੰਦੀ ਤਾਂ ਜ਼ਰੂਰ ਬਲੈਂਕਸ ਫਿਲ ਕਰਦੇ ਨਾ। ਕਿਲ ਵਿਖ ਦਾ ਕੀ ਮਤਲਬ ਹੁੰਦਾ? ਚਲੋ ਪਾਪ। ਕਿਲ ਵਿਖ ਦਾ ਮੀਨਿੰਗ ਲਿਖੋ। ਸਭ ਕਿਲ ਵਿਖ ਕੱਟ ਵਿਕਾਰ। ਵਿਕਾਰ ਦਾ ਮਤਲਬ ਜਿਹੜੇ ਪੰਜ ਦੋਸ਼ ਨੇ ਜਿਹਨਾਂ 'ਚ ਅਸੀਂ ਘਿਰੇ ਹੋਏ ਹਾਂ, ਕੋਈ ਦੱਸ ਸਕਦਾ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਪੰਜ ਵਿਕਾਰ ਨੇ। ਕਿਹੜੇ ਪੰਜ ਵਿਕਾਰ ਨੇ ਜਿਹਨਾਂ 'ਚ ਅਸੀਂ ਸਾਰੇ ਘਿਰੇ ਹੋਏ ਹਾਂ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹਨਾਂ ਵਿੱਚ ਆ ਕੇ ਅਸੀਂ ਆਪਣੇ ਮਕਸਦ ਨੂੰ ਭੁੱਲ ਗਏ। ਲਾਸਟ ਲਾਈਨ, ਜਿਨ ਹਰ ਹਰ ਨਾਮ ਧਿਆਇਆ, ਨਾਨਕ ਤਿੰਨ ਜੈਕਾਰ। ਕਿੰਨਾ ਦੀ ਜੈਕਾਰ ਹੁੰਦੀ ਹੈ? ਜਿਹੜੇ ਹਰੀ ਦਾ ਨਾਮ ਧਿਆ। ਕਿੰਨਾ ਈਜ਼ੀ ਹੈ ਧਿਆਉਣਾ ਦਾ ਮਤਲਬ? ਜਪਣਾ। ਕਾਵ ਰਚਨਾਵਾਂ ਕੰਪਲੀਟ। ਕਿਸੇ ਨੂੰ ਕੋਈ ਡਾਊਟ? ਹੁਣ ਗੁਰੂ ਅਮਰਦਾਸ ਜੀ ਬਾਰੇ 5-7 ਕੁਸ਼ਚਨ ਕਰਨੇ ਰਹਿ ਗਏ, ਉਹ ਨੋਟ ਕਰੋ। ਗੁਰੂ ਅਮਰਦਾਸ ਜੀ ਸਿੱਖਾਂ ਦੇ ਕਿੰਨਵੇਂ ਗੁਰੂ? ਜਨਮ ਸਥਾਨ ਪਿੰਡ ਬਾਸਰ ਕੇ, ਜ਼ਿਲ੍ਹਾ ਅੰਮ੍ਰਿਤਸਰ। ਜਨਮ ਦਾ ਜਨਮ ਦੀ ਤਾਰੀਖ 1479। ਜਨਮ ਸਥਾਨ ਪਿੰਡ ਬਾਸਰ ਕੇ, ਜ਼ਿਲ੍ਹਾ। ਪਿਤਾ ਦਾ ਨਾਮ ਤੇਜਪਾਨ। ਮਾਤਾ ਦਾ ਨਾਮ ਲੱਖੋ ਜੀ। ਮਾਤਾ ਲੱਖੋ ਜੀ। ਪਿਤਾ ਦਾ ਨਾਮ ਤੇਜਪਾਨ। ਮਾਤਾ ਦਾ ਨਾਮ ਮਾਤਾ ਲੱਖੋ ਜੀ। ਚਲੋ ਉਹਨਾਂ ਦੇ ਸਪੁੱਤਰ ਮੋਹਨ ਜੀ, ਮੋਰੀ ਜੀ। ਦੋ ਸਪੁੱਤਰ, ਦੋ ਸਪੁੱਤਰੀਆਂ। ਬੀਬੀ ਭਾਨੀ ਜੀ, ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ। ਹੁਣ ਕੁਸ਼ਚਨ ਆਏ ਬੀਬੀ ਭਾਨੀ ਜੀ ਕਿਸ ਦੀ ਸਪੁੱਤਰੀ ਹੋਇਆ? ਉਹਨੂੰ ਆਪਸ਼ਨ ਦਿੱਤੀਆਂ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ। ਦੇਖੋ ਬੀਬੀ ਭਾਨੀ ਜੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ, ਗੁਰੂ ਰਾਮਦਾਸ ਜੀ ਦੀ ਪਤਨੀ, ਗੁਰੂ ਅਰਜਨ ਦੇਵ ਜੀ ਦੀ ਮਾਂ, ਠੀਕ ਹੈ। ਕਿਉਂਕਿ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਦਾ ਵਿਆਹ ਕਿਹਦੇ ਨਾਲ ਕੀਤਾ? ਗੁਰੂ ਰਾਮਦਾਸ ਜੀ। ਉਹ ਕਹਿੰਦੇ ਮੈਨੂੰ ਜਵਾਈ ਚਾਹੀਦਾ ਤਾਂ ਭਾਈ ਜੇਠਾ ਵਰਗਾ, ਜੋ ਕਿ ਅੱਗੇ ਜਾ ਕੇ ਚੌਥੇ ਗੁਰੂ ਬਣੇ ਹੈ।
जिन्होंने हरिमंदर साहब उसारे जिन्होंने अमृतसर वसाया। चौथे गुरु गुरु रामदास जी, ते गुरु रामदास जी के अगर पुत्र शहीदां दे सरताज गुरु अर्जन देव जी, जिथों शहादत शुरू हो गई, जिन्होंने तत्तियां तवियां ते बिठाया गया। ते गल कित्थों शुरू हुई है, बीबी भानी जी दी दे सपुत्र होए ने गुरु अर्जन देव जी। इहदा मतलब तीसरे गुरु तो लैके नाता गुरु गोबिंद सिंह जी तक जुड़िया। नाता कित्थों तक जुड़ गया, बीबी भानी जी का गुरु गोबिंद सिंह जी तक, क्योंकि जे बीबी भानी जी के सपुत्र गुरु अर्जन देव जी, गुरु अर्जन देव जी के सपुत्र गुरु हरगोबिंद जी, हरगोबिंद जी के सपुत्र तेग बहादुर जी, ते तेग बहादुर जी के सपुत्र गुरु गोबिंद सिंह जी। समझ आ गई, ये तो विरासत विच मिल गई शहादत, वड्डिया को लई मिल गई सी कुर्बानियां। हो गया क्लियर इथों तक। हुण लास्ट क्वेश्चन, गुरु अमरदास जी ने अखीरला समा कित्थे बताया, गोइंदवाल साहिब विच। मीन ज्योति जोत कित्थे समाए, गोइंदवाल कदों समाए, 1574। डन, हुण आपां गल करिए दो तीन मिनट मुहावरे। फर्स्ट मुहावरा, अर्थ दसना है मैं मुहावरा, तुसी बोलोगे, मुश्किलां पैदा करनी है। कक्का भाग दे मुहावरे अज करवाने हैं, कंडे बीजने। वेरी गुड आंसर आशिमा, हाँ लिखो बेटे। मुश्किलां पैदा करनिया दा मुहावरा है कंडे बीजने। एक मुहावरे दा अर्थ आना, एक अर्था मुहावरा, जा मुहावरा पूरा करना। चलो नवा नरोआ कर दिन दा मुहावरा पेपर च आया सी, ये भी कक्का भाग, काया पलट देनी। वेरी गुड आंसर, काया पलट देनी दा मीनिंग की होया बेटे, नवा नरोआ कर देना। चलो नेक्स्ट, चुकन्ने होना, कन खड़े करने। एक होंदा कन भरने चुगली करनी, एक होंदा कन होने। कन होने दा मीनिंग दस सकते हो, कन होने। चलो मैं सेंटेंस बोल दिया, व्यापार विच घाटा पैना, कन हो गए कि नौकर ते विश्वास नहीं करना चाहिए। नसीहत, नसीहत हो जानी कि जड़ा नौकर है यह मकार है, ठीक है। नसीहत हो जानी किसी नूं, थोड़ी सावधान हो जाना जी, कहने कोई सिक्ख्या मिल जानी। नसीहत का मतलब सिक्ख्या, सावधान नालों थोड़ा जा फर्क, कि उन्हें नसीहत हो गई कि मैं दा संग नहीं करना, इस दा संग करना मैनु घाटा ही घाटा है, मेरी जिंदगी बर्बाद हो जानी है, ठीक है। नेक्स्ट, नेक्स्ट मुहावरा, तबाह हो जाना दा अर्थ, तबाह हो जाना अर्थ है दा कक्का भाग मुहावरा। कक्का भाग, कख ना रहना, ਇਹਦਾ ਮਤਲਬ ਆਸ਼ੀਮਾ ਨੇ ਸਾਰੇ ਮੁਹਾਵਰੇ ਰਿਵਾਈਜ਼ ਕੀਤੇ ਹੋਏ ਆ। ਕੱਖ ਨਾ ਰਹਿਣਾ ਦਾ ਮੀਨਿੰਗ ਕੀ ਹੋਇਆ, ਤਬਾਹ ਹੋ ਜਾਣਾ, ਕੱਖ ਨਾ ਰਹਿਣਾ ਤਬਾਹ ਹੋ ਜਾਣਾ। ਨੈਕਸਟ, ਨੈਕਸਟ ਬੇਟੇ ਨੋਟ ਕਰੋ, ਕਾਂਜੀ ਘੋਲਣਾ। ਕਾਂਜੀ ਘੋਲਣਾ ਦਾ ਅਰਥ ਦੱਸੋ, ਇਹ ਮੁਹਾਵਰਾ ਬੇਸਵਾਦਾ ਕੰਮ ਕਰਨਾ। कांजी कोलना बेसवादा, के ब्याह दा कारज बहुत सोहना चल रहा सी, शराबिया ने शराब पी के, बरातिया ने शराब पी के कांजी कोल दित्ती। उन्हां दे रिश्ते दी गल चल रही सी, चाची ने आके अजे ही कोई गल कर दित्ती, कांजी कोल दित्ती कि रिश्ता ही टुट गया, रिश्ते दी गल ही ठप हो गई। एदां ही करदे आ ना, जिन्हां नूं कोई गल ना सुखांदी होवे, ना सुखांदी होवे, तां उन्हां ने कांजी कोलनी है। कांजी मतलब की होंगे, एक कांजी जरा पींदे भी खटास वाला है, जो आप दुध घोलेंगे दुध फटेगा ही ना, ठीक है। कांजी का मतलब है बेसवादा काम कर देना। नैक्सट, किता भोगना एक अर्थ है, यदा मुहावरा दसो। हर एक नूं अपनी अगो ब्लैंक है दा भोगना ही पैना है, किदा किदा फल, करनी भरनी। मुहावरा की है, करनी करनी भरनी, जो असी करते हाँ, जो असी भरते हाँ, वह करनी भरनी का फल भोगना ही पैना है। करनी भरनी मीनस किता भोगना, करनी भरनी किता भोगना, ठीक है बच्चे। इन्ना रिवाइज कर लेना, फिर आप वार्तक लेख करांगे।